ਹਸਬੈਂਡ ਸੀ ਜਸਵੀਰ ਸਿੰਘ ਸੀ ਉਹਨਾਂ ਦਾ ਨਾਮ, ਤੇ ਉਹ ਬਾਹਰ ਗਏ 2 ਸਾਲ ਹੀ ਹੋ ਗਏ ਅਮੈਰੀਕਾ ਗਏ ਨੂੰ ਉਹਨਾਂ ਨੂੰ, ਅਤੇ ਸਾਡੇ ਸਿਰ 'ਤੇ ਬਹੁਤ ਸਾਰਾ ਕਰਜ਼ਾ ਹਜੇ ਤੱਕ ਉਤਰਿਆ ਨਹੀਂ ਹੈਗਾ, ਅਤੇ ਮਾਮਲਾ ਕੋਈ ਵੀ ਨਹੀਂ ਸੀ। ਸਟੋਰ 'ਤੇ ਕੰਮ ਕਰਦੇ ਇਹ, ਚੰਗਾ ਕੰਮ ਕਰਦੇ ਇਹ, ਇਹੋ ਹੀ ਕਿ 2 ਮਿੰਟ ਲਈ ਬਾਹਰ ਆ ਗਏ ਨੇ ਅਤੇ ਉੱਥੇ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਉਹਨਾਂ ਦੀ ਮੌਕੇ 'ਤੇ ਮੌਤ ਹੋ ਗਈ। ਕਿੰਨੇ ਬੱਚੇ ਹੋਏ? ਮੇਰੇ 2 ਬੱਚੇ ਨੇ, ਵੱਡਾ ਮੁੰਡਾ ਹੈ ਅਤੇ ਛੋਟੀ ਕੁੜੀ ਹੈ। ਮੁੰਡਾ 5 ਸਾਲ ਦਾ ਹੈ ਅਤੇ ਕੁੜੀ 4 ਸਾਲ ਦੀ ਹੈ। ਕਿੰਨਾ ਕੁ ਸਮਾਂ ਆਦਮੀ ਬਾਹਰ ਗਏ, ਕਿੰਨਾ ਕੁ ਸਿਸਟਮ ਕਰਦਾ ਹੈ ਭਗਵਾਨ ਦੀ ਸੇਵਾ ਤੋਂ ਕੀ ਮਾਤਾ? ਕਰਜ਼ਾ ਸਾਡਾ ਅਜੇ ਤੱਕ ਨਹੀਂ ਉਤਰਿਆ, ਜਿੰਨਾ ਹੀ ਵਿਆਜ ਭਰ ਜਿੰਨੇ ਸਾਡੇ ਰਕਮ ਆਉਂਦੀ ਉਹਨਾਂ ਸਾਡਾ ਵਿਆਜ ਚੱਲ ਜਾਂਦਾ। 40 ਲੱਖ ਰੁਪਇਆ ਕਰਜ਼ਾ ਸਾਡੇ ਸਿਰ ਦਾ। ਇਹਨਾਂ ਨੂੰ ਤਾਂ ਪਤਾ ਵੀ ਨਹੀਂ ਹੈਗਾ ਕਿਹੜਾ ਕਿ ਹੁਣ ਕੀ ਹੋਇਆ ਜਾਂ ਕਿੱਥੇ ਹੈ। ਨਿੱਕੇ ਨਿੱਕੇ ਮਾਸੂਮ ਬੱਚੇ ਨੇ ਮੇਰੇ, ਸਾਨੂੰ ਸਾਹ ਮਿਲਣਾ ਚਾਹੀਦਾ ਹੈ। ਮੈਨੂੰ ਮੇਰੀ ਸਿਸਟਰ ਨੇ ਫੋਨ ਲਾਇਆ ਸੀ ਪਰ ਪਾਪਾ ਜੀ ਪੂਰਾ ਹੋ ਗਿਆ। ਕਿੰਨੀਆਂ ਕੁੜੀਆਂ? ਉਹਨਾਂ ਦੇ ਇੱਕ ਘਰ ਉੱਥੇ ਦਿਮਾਗ ਚ ਵੱਜੇ ਗਏ ਨੇ। ਓਹਦੇ 3 ਬੰਦੇ ਬੈਠੇ ਹਨ, ਉਹਨਾਂ ਅੰਨੇ ਵਾਹ ਗੋਲੀਆਂ ਚਲਾ ਤੀਆਂ, ਮੇਰੇ ਮੁੰਡੇ ਦੇ ਦਿਮਾਗ ਨੀ ਵੱਜੀ। ਬੇਨਤੀ ਕੀਤੀ ਜਾਂਦੀ ਹੈ ਸਾਨੂੰ ਕੋਈ ਨਾ ਕੋਈ ਸਹੂਲਤ ਹੋਣੀ ਚਾਹੀਦੀ ਹੈ। 40 ਲੱਖ ਸਾਡੇ ਸਿਰ ਕਰਜ਼ਾ, ਕੋਈ ਪੈਲ ਨਹੀਂ, ਕੋਈ ਬੰਨਾ ਨਹੀਂ ਸਾਡਾ। ਕਿੰਨੇ ਬੱਚੇ ਸੀ ਉਹਨਾਂ ਦੇ, ਕੀ ਕੰਮ ਕਰਦਾ ਸੀ? ਉੱਥੇ ਕਿਸੇ ਸਟੋਰ 'ਤੇ ਕੰਮ ਕਰਦਾ, ਅਤੇ ਆਹ ਦੋ ਬੱਚੇ ਨੇ ਉਹਦੇ। ਉਹਦੀ 33 ਸਾਲ ਉਮਰ ਸੀ, ਜਿਹੜੀ ਕਿ ਮੇਰੀ ਨੂੰਹ ਹੈ ਉਹਦੀ 28 ਸਾਲ ਉਮਰ ਹੈ, ਇਹ ਨਿਆਣ ਮਾਥੇ ਦੇ। ਕੋਈ ਨੀ ਉਹਨਾਂ ਨਾਲ ਕੋਈ ਗੱਲਬਾਤ ਸਟੋਰ 'ਚ ਕੁਛ ਨੀ, ਉਹਨਾਂ ਪੁੱਛਿਆ ਨੀ ਉਹਨਾਂ ਵੀ ਸਾਨੂੰ ਆ ਦਿਓ, ਸਾਨੂੰ ਪੈਸੇ ਦਿਓ। ਉਹ ਆਪਣੀ ਗੱਡੀ 'ਚੋਂ ਨਿਕਲੇ ਨੀ, ਅਣਪਛਾਤੇ ਬੰਦੇ। ਕਿੰਨਾ ਸਮਾਂ ਹੋ ਗਿਆ ਸੀ ਬਾਹਰ ਗਏ? ਕਿੰਨਾ ਕਰਜ਼ਾ ਜਿਹੜਾ ਪਰਿਵਾਰ ਦੇ ਸਿਰ ਤੇ ਆ? 40 ਲੱਖ ਕਰਜ਼ਾ ਮੁੰਡੇ ਸਿਰ ਤੇ, ਤੇ ਕਮਾਣ ਵਾਲਾ ਕੋਈ ਨਹੀਂ। ਉਹਦਾ ਨਾਮ ਕੀ ਸੀ ਤੇ ਕੀ ਕੰਮ ਕਰਦਾ ਸੀ? ਜਸਵੀਰ ਸਿੰਘ ਸੀ, ਸਟੋਰ 'ਚ ਕੰਮ ਕਰਦਾ ਸੀ, ਤੇ ਮੈਨੂੰ ਵੀ ਅਟੈਕ ਹੋ ਗਿਆ ਅੱਗੇ, ਮੈਂ ਕਮਾ ਕੇ ਖਾਂਦਾ ਸੀ, ਪਰ ਹੁਣ ਮੇਰੇ ਕੋਲ ਗੁੰਜਾਇਸ਼ ਕੋਈ ਕੋਈ ਵੀ ਤਾਂ ਉੱਥੋਂ ਬਾਹਰ ਤੁਰ ਹੁੰਦੀ। ਇਹ ਕਰਜ਼ਾ ਗੌਰਮੈਂਟ ਨੂੰ ਦੇਣਾ ਚਾਹੀਦਾ। ਆ ਬੱਚੇ 2 ਨਿੱਕੇ ਬੱਚੇ ਨੇ ਮੇਰੇ, ਪੋਤਰੇ, ਇੱਕ ਪੋਤੀ ਇੱਕ ਪੋਤਰਾ। ਜਸਵੀਰ ਦਾ ਮਾਮਾ ਬੋਲਣਾ ਪਿਆ। ਇਹ ਜਿਹੜਾ ਹੋਇਆ ਕਾਂਡ ਬਹੁਤ ਹੀ ਮਾੜਾ ਹੋਇਆ, ਬੜਾ ਦੁੱਖ ਹੋਇਆ, ਸਾਰਾ ਪਰਿਵਾਰ ਮਤਲਬ ਦੁੱਖ ਦੇ ਵਿੱਚ ਸਾਰੇ ਰਹੇ। ਹਾਂਜੀ, ਇਹ ਤੇ
ਉੱਥੇ ਦੀ ਸਰਕਾਰਾਂ ਨੂੰ ਥੋੜ੍ਹਾ ਬਹੁਤ ਮਤਲਬ ਸਕਿਉਰਟੀ ਰੱਖਣੀ ਚਾਹੀਦੀ, ਜੇ ਉੱਥੇ ਬੰਦੇ ਪਹੁੰਚਦੇ ਨੇ ਉਹਨਾਂ ਦੀ ਸੁਰੱਖਿਆ ਵਾਸਤੇ ਗੌਰਮੈਂਟ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਇਹ ਮਤਲਬ ਕੋਈ ਕੋਈ ਦੋ ਦਿਨ ਚਾਰ ਦਿਨ ਨਿਕਲਦੇ ਨਹੀਂ, ਕੋਈ ਨਾ ਕੋਈ ਏਦਾਂ ਦਾ ਘਟਨਾ ਹੋ ਜਾਂਦੀ। ਜਿਹੜੀ ਸੁਣਨ ਦੇ ਵਿੱਚ ਗੱਲ ਆਈ ਹੈ, ਜਿੱਦਾਂ ਰੋਡ ਦੇ ਉਹ ਥੱਲੇ ਉਤਰੇ ਨੇ, ਗਰਾਊਂਡ ਸੀ ਅੱਗੇ, ਤੇ ਥੱਲੇ ਗੱਡੀ ਉਹਨਾਂ ਲਾਂਦੇ ਸਾਰ ਹੀ ਫਾਇਰਿੰਗ ਸ਼ੁਰੂ ਕਰਤੀ। ਫਾਇਰਿੰਗ ਕਰਦੇ ਕਰਦੇ ਤੇ ਇਹ ਚਾਰ ਪੰਜ ਜਣੇ ਇਕੱਠੇ ਸੀ ਇੱਥੇ ਆਣ ਕੇ ਉਹਨਾਂ ਖਿਲਾਰ ਕੇ ਫਾਇਰਿੰਗ ਕਰਕੇ, ਤੇ ਦੋ ਜਣੇ ਜਗ੍ਹਾ ਤੇ ਖਤਮ ਹੋ ਗਏ ਨੇ, ਤੇ ਤਿੰਨ ਚਾਰ ਜਿਹੜੇ ਉਹ ਜ਼ਖਮੀ ਹੋ ਗਏ। ਬਾਕੀ ਹੋਰ ਵੀ ਹੋਏ ਹੋਣਗੇ, ਪਤਾ ਨਹੀਂ ਇੰਨੀ ਗੱਲ ਦਾ। ਪਰਿਵਾਰ ਦੀ ਆਹੀ ਤੇ ਕਹਿੰਦੇ ਕੁਛ ਨਾ ਕੁਛ ਇਹਨਾਂ ਪਰਿਵਾਰ ਨੂੰ ਸਹਾਇਤਾ ਮਿਲਣੀ ਚਾਹੀਦੀ, ਕਿਉਂ ਇਹਨਾਂ ਨੇ ਆਪਣਾ ਕਰਜ਼ਾ ਚੁੱਕ ਕੇ ਜਿਹੜਾ ਇਹਨਾਂ ਨੂੰ ਭੇਜਿਆ ਸੀ, ਤੇ ਉਹ ਤਾਂ ਕਰਜ਼ਾ ਇਹਨਾਂ ਕੋਲ ਬਰਾਬਰ ਨਹੀਂ ਪੂਰਾ ਹੋਇਆ। ਜੇਕਰ ਇੱਥੇ ਪਰਿਵਾਰ ਦੀ ਹਾਲਤ ਵੇਖੀ ਹੈ ਤੇ ਕਿਸ ਤਰ੍ਹਾਂ ਦੀ ਹਾਲਤ ਹੈ ਘਰ ਦੇ, ਤੇ ਕਮਾਉਣ ਵਾਲਾ ਜਾਂ ਕਮਾਉਣ ਵਾਲਾ ਸਾਡਾ ਭਨੂਜਾ, ਇਹ ਉਹ ਵੀ ਆ 15-20 ਦਿਨ ਹੋਏ ਨੇ, ਪਹਿਲਾਂ ਯਕਦਮ ਇਹਨਾਂ ਨੂੰ ਹੋ ਗਿਆ ਟੈਕ ਜਿਹਾ, ਤਿੰਨ ਸਟੈਂਡ ਜਗ੍ਹਾ ਤੇ ਪਏ ਨੇ, ਉਹ ਵੀ ਪੈਸਾ ਚੁੱਕ ਚੱਕ ਕੇ ਫਿਰ ਗੁਆਏ ਨੇ। ਅਸੀਂ ਤੇ ਇਹੋ ਕਹਿੰਦੇ ਹਾਂ ਕਿ ਚਲੋ ਥੋੜ੍ਹੀ ਬਹੁਤੀ ਸਹੂਲਤ ਹੋ ਜਾਵੇ ਸਾਨੂੰ, ਮਤਲਬ ਕੋਈ ਕੋਈ ਮਦਦ ਮਿਲ ਜਾਵੇ, ਤੇ ਇਹ ਬੱਚਿਆਂ ਦਾ ਅੱਗੂ ਕੋਈ ਭਵਿੱਖ ਥੋੜ੍ਹਾ ਸਹੀ ਹੋ ਜਾਵੇ। ਕਹਿੰਦੇ ਛੋਟੇ ਕਿੰਨੇ ਬੱਚੇ? ਦੋ ਨੇ, ਬੇਟਾ ਇੱਕ ਬੇਟੀ ਹੈ। ਕਿਹੜੀ ਕਲਾਸ ਪੜ੍ਹਦੇ?